ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਕੀਤੇ ਹਾਸਿਲ। ਜੀ ਹਾਂ, ਇਸੇ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ, ਡਾਕਟਰ MRP ਭੱਲਾ DAV ਸਕੂਲ ਕਿਲਾ ਮੰਡੀ ਦੇ ਕਰਾਟੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤੇ। ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਰਿਚਾ ਮਹਾਜਨ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੀਆਂ ਕਰਾਟੇ ਖਿਡਾਰਨਾਂ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਸੀ, ਜਿਸ ਵਿੱਚ ਸਕੂਲ ਦੀ 3 ਵਿਦਿਆਰਥਣਾਂ ਅਤੇ 1 ਲੜਕੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤਿਆ। ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਅਤੇ ਕੋਚ, ਖਿਡਾਰੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਆਓ ਸੁਣਦਿਆਂ ਇਸ ਬਾਰੇ ਕੀ ਕਿਹਾ ਪ੍ਰਿੰਸੀਪਲ ਰਿਚਾ ਮਹਾਜਨ ਨੇ, ਕੋਚ ਸ਼ਿਵਮ ਤਿਵਾਰੀ ਨੇ ਅਤੇ ਖਿਡਾਰੀਆਂ ਨੇ। ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਰਿਪੋਰਟ, AMI ਨਿਊਜ਼, ਪੰਜਾਬ। ਦਨਿਕਾ ਸੇਖੜੀ। ਕੌਨ ਸੀ ਗੇਮ ਕਰਤੇ ਹੋ ਆਪ? ਕਰਾਟੇ। ਕਰਾਟੇ ਮੈਂ ਵੀ ਕਹਾਂ ਖੇਲਨੇ ਗਏ ਥੇ ਆਪ? ਹਾਵੜਾ। ਹਾਵੜਾ ਮੈਂ ਟੋਟਲ ਕਿਤਨੇ ਬੱਚੇ ਆਏ ਥੇ? 850 ਬੱਚੇ ਆਏ ਥੇ। ਵਹਾਂ ਪਰ ਜਾ ਕੇ ਆਪਕੋ ਕੋਈ ਰਹਿਨੇ ਮੇਂ, ਖਾਨੇ ਮੇਂ, ਪੀਨੇ ਮੇਂ ਕੋਈ ਦਿੱਕਤ ਨਹੀਂ? ਕੈਸਾ ਆਪਕੋ ਵਹਾਂ ਪਰ ਟ੍ਰੀਟਮੈਂਟ ਦਿਆ ਗਿਆ? ਬਹੁਤ ਅੱਛਾ ਟ੍ਰੀਟਮੈਂਟ ਥਾ ਵਹਾਂ ਪੇ। ਸਕੂਲ ਕੀ ਤਰਫ ਸੇ ਕਿਆ ਸਹਿਯੋਗ ਮਿਲਾ ਆਪਕੋ? ਸਕੂਲ ਕੀ ਤਰਫ ਸੇ ਪ੍ਰਿੰਸੀਪਲ ਮੈਮ ਕਾ, ਸ਼ਸ਼ੀ ਮੈਮ ਕਾ, ਹਮਾਰੇ ਸਕੂਲ ਕੇ ਸਟਾਫ ਕਾ ਔਰ ਚੇਅਰਮੈਨ ਕਾ ਜ਼ਿਆਦਾ ਸਹਿਯੋਗ ਥਾ। ਰਾਧਿਕਾ। ਬੇਟਾ ਕਿਹੜੀ ਗੇਮ 'ਚ ਜਿੱਤ ਕੇ ਆਏ, ਕਿੱਥੋਂ ਜਿੱਤੇ ਆ ਗੋਲਡ ਮੈਡਲ? ਆਪਾਂ ਕਰਾਟੇ ਗੇਮ 'ਚੋਂ ਮੈਡਲ ਜਿੱਤ ਕੇ ਆਏ, ਗੋਲਡ ਮੈਡਲ ਹਾਬਦਾ ਤੋਂ। ਹਾਂਜੀ, ਪਹਿਲਾਂ ਸਿਲਵਰ ਮੈਡਲ ਆਇਆ ਸੀ। ਹਾਂਜੀ, ਉਹ ਕਿਹੜੀਆਂ ਖੇਡਾਂ ਸੀ? ਕਿਹੜੀਆਂ? ਕਰਾਟੇ ਗੇਮ ਸੀ। ਹਾਂਜੀ, ਮੇਰਾ ਕੀ ਨਾਮ ਹੈ ਆਪਕਾ? ਹਰਸ਼ਿਕਾ। ਕੌਨ ਸੀ ਗੇਮ ਕਰਤੇ ਹੋ? ਕਰਾਟੇ। ਅਭੀ ਕਹਾਂ ਸੇ ਜੀਤ ਕਰ ਆਏ ਹੋ ਆਪ? ਕੋਲਕਾਤਾ। ਵਹਾਂ ਪੇ ਕਿਤਨੀ ਟੀਮੇਂ ਆਈ ਥੀ? 17-18 ਆਈ ਥੀ। 17 ਔਰ 18 ਇਤਨੀ ਆਈ ਥੀ ਟੋਟਲ। ਟੋਟਲ ਬੱਚੇ ਕਿਤਨੇ ਆਏ ਥੇ? 860। ਠੀਕ ਹੈ। ਔਰ ਫਾਈਟ ਵਹਾਂ ਪੇ ਕੈਸੇ ਹੋਈ? ਫਾਈਟ ਮੇਂ ਕੈਸਾ ਲਗਾ ਫਾਈਟ? ਆਪ ਕਿਤਨੀ ਫਾਈਟ ਹੋਈ ਆਪਕੋ? 6 ਫਾਈਟਿੰਗ ਹੋਈ ਥੀ। ਬਿਹਾਰ ਸੇ ਆਏ ਥੇ ਕਈ, ਕਈ ਵੈਸਟ ਬੰਗਾਲ ਸੇ ਥੇ, ਕਈ ਬਿਹਾਰ ਸੇ ਥੇ ਔਰ ਮਹਾਰਾਸ਼ਟਰ ਸੇ ਵੀ ਆਏ ਥੇ। ਆਪਕੇ ਘਰ ਸੇ ਕੈਸਾ ਸਪੋਰਟ ਹੈ? ਸਕੂਲ ਸੇ ਕੈਸਾ ਸਪੋਰਟ ਹੈ ਆਪਕੋ? ਬਹੁਤ ਅੱਛਾ ਸਪੋਰਟ ਹੈ ਸਭ, ਘਰ ਸੇ ਵੀ ਔਰ ਸਕੂਲ ਸੇ ਵੀ। ਸਕੂਲ ਸੇ ਕਿਸਕਾ ਕਿਸਕਾ ਸਪੋਰਟ ਹੈ ਆਪਕੋ? ਸ਼ਿਵਮ ਸਰ ਕਾ, ਹਮਾਰੇ ਕੋਚ ਹੈ, ਜੋ ਪ੍ਰਿੰਸੀਪਲ ਮੈਮ ਕਾ, ਚੇਅਰਮੈਨ ਸਾਹਿਬ ਕਾ। ਕ੍ਰਿਸ਼ਨਾ ਰਿਥਰਾ। ਕੈਸਾ ਰਹਾ ਆਪਕਾ ਟੂਰਨਾਮੈਂਟ? ਬਹੁਤ ਅੱਛਾ। ਔਰ ਆਪਕੋ ਸਕੂਲ ਕੀ ਤਰਫ ਸੇ ਕੈਸਾ ਸਪੋਰਟ ਰਹਾ? ਬਹੁਤ ਅੱਛਾ। ਮੇਰਾ ਨਾਮ ਸ਼ਿਵਮ ਤਿਵਾਰੀ ਹੋਇਆ। ਇਹ ਬੱਚੇ ਹਾਵੜਾ ਤੋਂ ਮੈਡਲ ਜਿੱਤ ਕੇ ਲੈ ਕੇ ਆਏ ਆਪਣੇ। ਹਾਵੜਾ ਦੇ ਵਿੱਚ ਇੰਟਰਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੋਇਆ ਸੀਗਾ ਅਤੇ ਉੱਥੋਂ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ। ਉੱਥੇ ਕਾਫੀ ਟੀਮਾਂ ਆਈਆਂ ਸੀ, 860 ਬੱਚੇ ਆਏ ਸੀਗੇ ਟੋਟਲ। ਠੀਕ ਨੇ, ਕੋਈ UP ਦਾ ਸੀ, ਕੋਈ ਬਿਹਾਰ ਤੋਂ, ਕੋਈ ਹਰਿਆਣਾ ਤੋਂ, ਕੋਈ ਮਹਾਰਾਸ਼ਟਰ ਤੋਂ, ਕੋਈ ਉੱਤਰਾਖੰਡ ਤੋਂ ਸੀਗਾ। ਠੀਕ ਹੈ, ਅਲੱਗ ਅਲੱਗ ਸਟੇਟਾਂ ਤੋਂ। ਅਤੇ ਇੱਕ ਆਏ ਸੀਗੇ ਆਪਣੇ ਉੱਧਰੋਂ, ਕੀ ਨਾਂ ਕਹਿੰਦੇ ਆ, ਇਹ ਕਹਾਂ ਸੀ ਬੇਟਾ? ਨਹੀਂ, ਜੋ ਦੂਸਰੀ ਕੰਟਰੀ 'ਚ ਆਏ ਹੋਏ ਸੀ, ਬੰਗਲਾਦੇਸ਼ 'ਚ, ਬੰਗਲਾਦੇਸ਼ 'ਤੇ ਵੀ ਆਏ ਸੀਗੇ ਬੱਚੇ। ਠੀਕ ਹੈ ਨਾ, ਨੇਪਾਲ ਤੋਂ ਵੀ ਆਏ ਸੀਗੇ। ਮਤਲਬ ਬਹੁਤ ਵਧੀਆ ਰਿਹਾ ਟੂਰਨਾਮੈਂਟ, ਬਹੁਤ ਵਧੀਆ ਬੱਚਿਆਂ ਨੇ ਪਾਰਟੀਸਪੇਟ ਕੀਤਾ ਉੱਥੇ। ਇਹ ਕਿ ਗਰਮੀ ਬਹੁਤ ਜ਼ਿਆਦਾ ਸੀ, ਗਰਮੀ ਨਾ ਦੇਖਦੇ ਹੋ ਬੱਚਿਆਂ ਨੇ, ਫਿਰ ਵੀ ਬਹੁਤ ਵਧੀਆ ਸਪੋਰਟ, ਮਤਲਬ ਆਪਣਾ ਉੱਥੇ ਪਾਰਟੀਸਪੇਟ ਕੀਤਾ ਬੱਚਿਆਂ ਨੇ।
ਦੇਖੋ ਜੀ, ਇਹ ਆਪਣੇ 'ਤੇ ਡਿਪੈਂਡ ਹੈਗਾ ਕਿ ਆਪਣਾ ਮਾਇੰਡ ਸੈਟਅਪ ਜੇ ਰੱਖ ਆਪਣੇ ਦਿਮਾਗ 'ਚ ਸੋਚਾਂਗੇ ਨਾ ਕਿ ਛੋਟਾ ਬੱਚਾ ਹੈ, ਆਪਣੇ ਦਿਮਾਗ 'ਚ ਸੋਚਾਂਗੇ ਕਿ ਵੱਡਾ ਬੱਚਾ, ਓਨਾ ਹੀ ਸਾਡਾ ਐਨਰਜੀ ਵੇਸਟ ਹੋਣਾ। ਆਪਾਂ ਇਹ ਚੀਜ਼ ਨਹੀਂ ਸੋਚਣਾ ਕਿ ਛੋਟਾ ਬੱਚਾ ਜਾਂ ਮਤਲਬ ਵੱਡਾ, ਸਾਡੇ ਲਈ ਸਭ ਇਕੁਅਲ ਆ। ਆਪਾਂ ਸੋਚਦੇ ਕਿ ਇਹ ਬੱਚਾ ਵਧੀਆ ਆ, ਠੀਕ ਹੈ ਨਾ, ਆਪਾਂ ਇਹ ਸੋਚਦੇ ਕਿ ਬੱਚਾ ਵਧੀਆ, ਆਪਾਂ ਉਸ ਬੱਚੇ ਨੂੰ ਅੱਗੇ ਤਿਆਰ ਕਰਦੇ ਹਾਂ ਔਰ ਵਧੀਆ ਤਰੀਕੇ ਨਾਲ ਬੱਚੇ ਨੂੰ ਮਾਇੰਡ ਸੈਟ ਵਾਸ਼ ਕਰਕੇ ਵਧੀਆ ਤਰੀਕੇ ਨਾਲ ਆਪਾਂ ਗੇਮ ਵਾਲੇ ਪਾਸੇ ਬੱਚੇ ਨੂੰ ਲੈ ਕੇ ਜਾਂਦੇ ਹਾਂ। ਸਾਡੇ ਸਕੂਲ ਦੇ ਇਸ ਸਕੂਲ ਦੇ ਚਾਰ ਬੱਚੇ ਗਏ ਸੀਗੇ, ਚਾਰ ਦੇ ਚਾਰ ਗੋਲਡ ਆਏ ਆਪਣੇ ਅਲੱਗ ਅਲੱਗ ਵੇਟ ਦੇ ਵਿੱਚ ਜੀ, ਇੰਟਰਨੈਸ਼ਨਲ ਖੇਲ ਕੇ। ਸਰ ਮੇਰਾ ਨਾਮ ਅਮਨਦੀਪ ਜਕਾਲੀਆ ਜੀ। ਸਰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ, ਮਤਲਬ ਕਿ ਐਜ਼ ਏ ਟੀਚਰ, ਐਜ਼ ਏ ਫਾਦਰ, ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਬੱਚੇ ਆ ਹੋਰ ਤਰੱਕੀ ਕਰਨ, ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता सबसे अच्छा, डिफेंस रोड ममूल पठानकोट। कॉन्टैक्ट 9614196141।